ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ, ਜਿਸ ਤੋਂ ਬਾਅਦ ਉਹਨਾਂ ਵੱਲੋਂ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਜਿਸ ਲੜੀ ਦੇ ਵਿੱਚ ਅੱਜ ਸ਼ੇਰਪੁਰ ਮਾਰਕੀਟ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਲੋਕਾਂ ਦਾ ਵਿਸ਼ਵਾਸ ਵੀ ਹੈ। ਤੁਹਾਨੂੰ ਦੱਸ ਦਿੰਦੇ ਕਿ ਰਣਜੀਤ ਸਿੰਘ ਢਿੱਲੋਂ ਵਿਧਾਇਕ ਵੀ ਰਹਿ ਚੁੱਕੇ ਨੇ। ਕਿਸ ਤਰੀਕੇ ਦਾ ਪਿਆਰ ਲੋਕਾਂ ਨੂੰ ਮਿਲਿਆ? ਦੇਖੋ, ਜਦੋਂ ਦੀ ਟਿਕਟ ਅਨਾਊਂਸ ਹੋਈ ਆ ਉਸ ਦਿਨ ਤੋਂ ਲੋਕ ਪੱਬਾਂ ਭਰ ਨੇ, ਬੜੀ ਖੁਸ਼ੀ ਮਨਾ ਰਹੇ ਨੇ। ਪਹਿਲੀ ਵਾਰੀ ਇਹ ਹੋਇਆ ਵੀ ਲੁਧਿਆਣੇ ਤੋਂ ਕਿਸੇ ਲੁਧਿਆਣੇ ਦੇ ਜੰਪਾ ਨੂੰ ਕਿਸੇ ਪਾਰਟੀ ਨੇ ਟਿਕਟ ਦਿੱਤੀ ਆ, ਖਾਸ ਕਰਕੇ ਇਸ ਏਰੀਏ 'ਚ ਜਿਹੜਾ ਏਰੀਆ ਪਛੜਿਆ ਹੋਇਆ ਮੰਨਿਆ ਜਾਂਦਾ ਲੁਧਿਆਣੇ ਦਾ, ਈਸਟ, ਨੌਰਥ, ਸੈਂਟਰਲ, ਇੱਥੇ ਕਦੇ ਕਿਸੇ ਟਿਕਟ ਨਹੀਂ ਦਿੱਤੀ। ਈਵਨ ਕਿ ਲੁਧਿਆਣੇ ਵਿੱਚ ਟਿਕਟ ਦਿੱਤੀ ਹੋਈ ਨਹੀਂ ਕਦੇ ਕਿਸੇ ਨੇ, ਸਾਰੇ ਟਿਕਟ ਬਾਹਰੋਂ ਆਉਂਦੇ ਸੀ, ਬਾਹਰੋਂ ਵੋਟਾਂ ਲੈ ਕੇ ਚਲੇ ਜਾਂਦੇ ਸੀ, ਇਸੇ ਕਰਕੇ ਲੁਧਿਆਣੇ ਦਾ ਕੁਛ ਬਣਿਆ ਨਹੀਂ। ਸੋ ਇਸ ਕਰਕੇ ਮੈਨੂੰ ਜਿਹੜੀ ਟਿਕਟ ਮਿਲੀ ਆ, ਲੋਕਾਂ ਨੇ ਖੁਸ਼ੀ ਮਨਾ ਰਹੇ ਨੇ ਅਤੇ ਵਧੀਆ ਰਿਜ਼ਲਟ ਆਊਗਾ। ਢਿੱਲੋਂ ਸਾਹਿਬ ਕਿਸ ਤਰੀਕੇ ਦਾ ਦੇਖਦੇ ਕਿ ਕਿਹਦੇ ਨਾਲ ਟਾਕਰਾ ਤੁਹਾਡਾ ਹੋਇਆ? ਦੇਖੋ, ਮੂਹਰੇ ਤਾਂ ਕਾਂਗਰਸੀ ਹੈ, ਤਿੰਨੇ ਤਿੰਨੇ ਕਾਂਗਰਸ ਪਾਰਟੀ ਦੇ ਬੰਦੇ ਨੇ, ਚਾਹੇ ਪੱਪੀ ਆ, ਚਾਹੇ ਬਿੱਟੂ ਆ ਅਤੇ ਚਾਹੇ ਆ ਰਾਜਾ ਵੜਿੰਗਾ, ਇਹਨਾਂ ਦੀ ਬੈਕਗਰਾਊਂਡ ਕਾਂਗਰਸੀ ਹੈ। ਇਹਨਾਂ ਨੂੰ ਇੱਕ ਕੇਡਰ ਵੋਟ ਪੈਣੀ ਹੈ, ਇੱਕੋ ਵੋਟ ਉਹ ਵੰਡੀ ਜਾਵੇ, ਤਿੰਨਾਂ 'ਚ ਵੰਡੀ ਜਾਣੀ ਹੈ। ਜਿਹੜੀ ਲੁਧਿਆਣੇ ਦੀ ਸਹੀ ਵੋਟ ਆ, ਜਿਹੜੇ ਲੁਧਿਆਣੇ ਨੂੰ ਸੋਚਣ ਵਾਲੇ ਆ, ਲੁਧਿਆਣੇ ਬਾਰੇ ਦਰਦ ਰੱਖਦੇ ਆ, ਲੁਧਿਆਣੇ ਨੂੰ ਪਿਆਰ ਕਰਦੇ ਆ, ਆਪਣੇ ਭਵਿੱਖ ਨੂੰ ਪਿਆਰ ਕਰਦੇ ਆ, ਉਹ ਸਾਰੇ ਸਾਡੇ ਨਾਲ। ਢਿੱਲੋਂ ਸਾਹਿਬ ਕਿਸ ਕਿਸ ਮੁੱਦਿਆਂ 'ਤੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਲੁਧਿਆਣੇ ਲੈ ਕੇ? ਦੇਖੋ, ਮੁੱਦੇ ਬਹੁਤ ਨੇ, ਅੱਜ ਇੱਥੇ ਆਪਾਂ ਖੜੇ ਹਾਂ, ਪਹਿਲਾਂ ਦੇਖੋ ਇੱਥੇ ਹੀ ਕਿੰਨੀ ਪ੍ਰੋਬਲਮਸ ਨੇ। ਮੈਂਬਰ ਪਾਰਲੀਮੈਂਟ ਇੱਥੇ ਕਦੇ ਨਹੀਂ ਆਇਆ, ਕੋਈ ਵੀ ਮੈਂਬਰ ਪਾਰਲੀਮੈਂਟ ਨਹੀਂ ਆਇਆ ਕਦੇ। ਬਣ ਜਾਣਾ ਇਹ ਅਲੱਗ ਚੀਜ਼ ਆ, ਬਣ ਕੇ ਲੋਕਾਂ ਦੀ ਇੱਛਾਵਾਂ 'ਤੇ ਖਰਾ ਉਤਰਨਾ ਦੂਜੀ ਗੱਲ ਆ, ਇਹ ਨਹੀਂ ਉਤਰੇ। ਇਹ ਹੁਣ ਜਿਹੜਾ ਬਾਹਰੋਂ ਆ ਗਿਆ ਰਾਜਾ ਵੜਿੰਗ, ਉਹ ਕੀ ਕਰੂਗਾ ਲੁਧਿਆਣੇ? ਬਿੱਟੂ ਆਇਆ ਬਾਹਰੋਂ, ਉਹਨੇ ਕੀ ਕੀਤਾ? ਤਿਵਾੜੀ ਸਾਹਿਬ ਬਾਹਰੋਂ ਆਏ, ਉਹਨਾਂ ਨੇ ਕੀ ਕੀਤਾ? ਇਹ ਬਾਹਰੀ ਬੰਦਾ ਕਦੇ ਵੀ ਉਸ ਸਿਟੀ ਦਾ, ਜਿਸ ਸਿਟੀ ਦੇ ਵਿੱਚ ਵੋਟਾਂ ਪੈਂਦੀਆਂ, ਉੱਥੇ ਦਾ ਕੁਛ ਨਹੀਂ ਸਵਾਰਥ ਦਾ। ਜੇ ਬਾਹਰੋਂ ਆਇਆ, ਜੇ ਲੋਕਲ ਹੋਵੇ, ਲੋਕਲ ਬੰਦਾ ਤੁਹਾਡਾ ਕੁਛ ਨਾ ਕੁਛ ਸਵਾਰ ਸਕਦਾ, ਇਸ ਕਰਕੇ ਲੋਕਲ ਬੰਦਾ ਚੁਣਨਾ ਚਾਹੀਦਾ। ਇਹਨਾਂ ਸਾਡੇ ਦੋਨਾਂ ਦੇ ਵਿੱਚੋਂ ਲੋਕਲ ਬੰਦੇ ਆ, ਮੈਂ ਅਤੇ ਪੱਪੀ, ਸਾਡੇ 'ਚੋਂ ਜਿਹਨੂੰ ਮਰਜ਼ੀ ਚੁਣ ਲੈਣ, ਸਾਡੇ 'ਚੋਂ ਚੁਣਨ, ਲੋਕਲ 'ਚੋਂ ਚੁਣਨ। ਇੱਕ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਹੈ, ਜੇ ਮੈਂ ਲੁਧਿਆਣੇ ਦੀ ਰਾਜਨੀਤੀ ਦੀ ਗੱਲ ਕਰਾਂ, ਚਾਹੇ ਕੋਈ ਵੀ ਪਾਰਟੀ ਹੈ, ਤਾਂ ਇਹੀ ਦਾਅਵਾ ਕਰਦੀ ਹੈ ਕਿ ਬੁੱਢੇ ਨਾਲੇ ਤੋਂ ਜਿਹੜੀ ਰਾਜਨੀਤੀ ਸ਼ੁਰੂ ਹੁੰਦੀ ਹੈ ਔਰ ਬੁੱਢੇ ਨਾਲੇ 'ਤੇ ਆ ਕੇ ਖਤਮ ਹੋ ਜਾਂਦੀ ਹੈ, ਪਰ ਬੁੱਢਾ ਨਾਲਾ ਜੋ ਤੋਂ ਜੋ ਹੀ ਹਾਲ ਹੈ। ਇਹ ਨਹੀਂ ਗੱਲ ਹੈ, ਬੁੱਢਾ ਨਾਲਾ ਇੱਕ ਇਸ਼ੂ ਹੈਗਾ, ਇੱਕ ਬੁੱਢਾ ਨਾਲਾ, ਬੁੱਢਾ ਸਾਰਾ ਸ਼ਹਿਰ ਥੋੜ੍ਹਾ ਬੁੱਢਾ ਨਾਲਾ। ਸ਼ਹਿਰ ਦੀਆਂ ਬਹੁਤ ਸਮੱਸਿਆਵਾਂ ਨੇ, ਬਹੁਤ ਇਸ਼ੂ ਨੇ, ਹੈ ਨਾ, ਸਾਰੇ ਮਸਲੇ ਹੱਲ ਹੋਣ ਵਾਲੇ ਨੇ, ਬਹੁਤ ਮਸਲੇ ਭਾਰਤ ਸਰਕਾਰ ਤੋਂ ਹੱਲ ਹੋਣੇ ਨੇ। ਭਾਰਤ ਸਰਕਾਰ ਤੱਕ ਇਹਨਾਂ ਲੋਕਾਂ ਨੇ ਕਦੇ ਕੋਈ ਗੱਲ ਨਹੀਂ ਕੀਤੀ, ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਗਏ ਉਹਨਾਂ ਨੇ ਕਿਸੇ ਮਸਲੇ ਦੇ ਉੱਤੇ ਸਟ੍ਰੈਸ ਨਹੀਂ ਦਿੱਤਾ, ਕਿਸੇ 'ਤੇ ਜ਼ੋਰ ਨਹੀਂ ਪਾਇਆ ਵੀ ਸਾਡਾ ਮਸਲਾ ਕਰਕੇ ਦਿਓ। ਸਾਡੇ ਹੁਣ ਦੇਖੋ, ਗਰੀਬ ਲੋਕ ਰਹਿੰਦੇ ਨੇ, ਮਹਿੰਗੇ ਹਸਪਤਾਲ ਨੇ ਸਾਰੇ, ਹਰੇਕ ਬੰਦਾ ਇਲਾਜ ਉੱਥੋਂ ਕਰਾ ਨਹੀਂ ਸਕਦਾ, ਕਿੰਨੇ ਲੋਕ ਵਿਚਾਰੇ ਇਲਾਜ ਦੇ ਖੁਣੋਂ ਮਰ ਜਾਂਦੇ। ਜੇ ਇਲਾਜ ਸਸਤਾ ਹੋਊਗਾ, ਜੇ PGI ਵਰਗਾ ਇੱਕ ਹਸਪਤਾਲ ਹੋਣਾ ਚਾਹੀਦਾ, ਜਿਹੜਾ ਲੁਧਿਆਣੇ ਬਣਨਾ ਚਾਹੀਦਾ, ਕਿਉਂਕਿ ਸੈਂਟਰ ਆ ਪੰਜਾਬ ਦਾ ਲੁਧਿਆਣਾ। ਇੱਥੇ ਬਹੁਤ ਦੂਰੋਂ ਦੂਰੋਂ ਆ ਕੇ ਲੋਕ ਇਲਾਜ ਕਰਾ ਕੇ ਜਾਂਦੇ, ਪਰ ਉਹ ਸਮਰੱਥਾ ਵਾਲੇ ਨੇ। ਜੇ PGI ਵਰਗਾ ਇੱਥੇ ਲੁਧਿਆਣੇ ਵਿੱਚ ਹਸਪਤਾਲ ਹੋਵੇ ਤਾਂ ਲੁਧਿਆਣੇ ਦੇ ਲੋਕਾਂ ਦੇ, ਗਰੀਬ ਲੋਕਾਂ ਦਾ ਇਲਾਜ ਸਹੀ ਹੋ ਸਕਦਾ। ਇੱਕ ਨਾ ਅਕਾਲੀ ਦਲ ਵੱਲੋਂ ਤੁਹਾਡੇ 'ਤੇ ਬੜਾ ਵਿਸ਼ਵਾਸ ਜਤਾਇਆ ਗਿਆ ਹੈਗਾ, ਕਿਸ ਤਰ੍ਹਾਂ ਦੇਖਦੇ ਹੋ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ? ਮੈਂ ਬਹੁਤ ਮਾਣ ਮਹਿਸੂਸ ਕਰਦਾ ਆਪਣੇ ਆਪ 'ਤੇ। ਅਕਾਲੀ ਦਲ ਦੇ ਸਾਰੇ ਸਾਥੀਆਂ ਨੇ, ਮੇਰਾ ਪ੍ਰਧਾਨ ਸਾਹਿਬ ਨੇ ਆਪਣੇ ਸੋਰਸਾਂ ਰਾਹੀਂ ਵੀ ਪਤਾ ਕੀਤਾ ਅਤੇ ਸਾਰਾ ਕੁਛ ਬਹੁਤ ਵੱਡੇ ਮੰਥਨ ਤੋਂ ਬਾਅਦ
ਇਹ ਟਿਕਟ ਉਹਨਾਂ ਨੇ ਮੈਨੂੰ ਦਿੱਤੀ ਆ। ਮੈਂ ਤਾਂ ਇੱਕ ਆਮ ਜਿਹਾ ਬੰਦਾ, ਸਧਾਰਨ ਬੰਦਾ, ਤੈਨੂੰ ਪਤਾ ਹੀ ਸਾਰੇ ਵੀ ਮੇਰਾ ਪਰਿਵਾਰ ਪਿਛੋਕੜ ਕੋਈ ਰਾਜਸੀ ਨਹੀਂ ਹੈਗਾ, ਹੈ ਨਾ, ਨਾ ਮੇਰੇ ਕੋਲ ਕੋਈ ਐਡਾ ਵੱਡਾ ਕੋਈ ਕਾਰੋਬਾਰ ਆ, ਨਾ ਕੋਈ ਮੇਰੀਆਂ ਸਿਫਾਰਿਸ਼ਾਂ ਨੇ, ਸਿਰਫ ਮਾਲਕ ਦੀ ਕਿਰਪਾ। ਅਤੇ ਮੇਰਾ ਜਿਹੜਾ ਹੁਣ ਤੱਕ ਦਾ ਅਕਾਲੀ ਸਫ਼ਰ ਆ, ਮੈਂ ਅਕਾਲੀ ਦਲ ਦੇ ਵਿੱਚ ਰਿਹਾ, ਮੈਂ ਕਦੇ ਪਾਰਟੀਆਂ ਨਹੀਂ ਬਦਲੀਆਂ। ਲੋਕ ਕਹਿੰਦੇ ਵੀ ਸ਼ਹਿਰਾਂ 'ਚ ਅਕਾਲੀ ਦਲ ਦੇ ਵਿੱਚ ਰਹਿ ਕੇ ਕੰਮ ਕਰਨਾ ਬੜਾ ਔਖਾ, ਪਰ ਅਸੀਂ ਸ਼ਹਿਰ 'ਚ ਕੀਤਾ, ਸ਼ਹਿਰ 'ਚ ਕਰ ਰਹੇ ਹਾਂ, ਸ਼ਹਿਰ ਦੇ ਲੋਕਾਂ ਦਾ ਪਿਆਰ ਮਿਲ ਰਿਹਾ, ਸ਼ਹਿਰੀ ਲੋਕ ਸਾਡੇ ਨਾਲ, ਤੁਹਾਡੇ 'ਤੇ ਵਿਸ਼ਵਾਸ ਕਰਦੇ ਨੇ। ਕਿਉਂਕਿ ਇਹ ਜਾਤ ਬਰਾਦਰੀ ਦੀ ਗੱਲ ਨਹੀਂ ਹੁੰਦੀ, ਗੱਲ ਤਾਂ ਹੁੰਦੀ ਤੁਹਾਡਾ ਦਾ ਵਿਸ਼ਵਾਸ ਕਿਵੇਂ ਬਣਿਆ, ਤੁਹਾਡੀ ਪਰਸੈਪਸ਼ਨ ਕੀ ਆ, ਲੋਕਾਂ ਦੇ ਵਿੱਚ ਤੁਹਾਡਾ ਆਧਾਰ ਕੀ ਆ, ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ, ਇਹ ਗੱਲ ਹੁੰਦੀ ਹੈ। ਲੋਕ ਸਾਡੇ ਬਾਰੇ ਸਾਨੂੰ ਇੰਨਾ ਪਤਾ ਵੀ ਬਹੁਤ ਵਧੀਆ ਸੋਚਦੇ ਨੇ, ਲੋਕਾਂ ਦੇ ਵਿਚਾਰ ਸਾਡੇ ਪ੍ਰਤੀ ਮਾੜੇ ਨਹੀਂ ਗੇ, ਅਤੇ ਸਾਡਾ ਵੀ ਲੋਕਾਂ ਪ੍ਰਤੀ ਇਹੀ ਜਵਾਬਦੇਹੀ ਆ। ਅਸੀਂ ਜੇ ਲੋਕਾਂ ਨੇ ਅੱਜ ਸਾਡੇ 'ਤੇ ਭਰੋਸਾ ਕੀਤਾ, ਪਾਰਟੀ ਨੇ ਭਰੋਸਾ ਕੀਤਾ, ਤਾਂ ਅਸੀਂ ਜ਼ਰੂਰ ਪਾਰਟੀ ਦੀਆਂ ਇਛਾਵਾਂ 'ਤੇ ਔਰ ਪੰਜਾਬੀਆਂ ਦੀ ਇਛਾਵਾਂ 'ਤੇ ਖਰੇ ਉਤਰਾਂਗੇ। ਦਲ ਬਦਲਣ ਨੂੰ ਕੀ ਕਹੋਗੇ, ਜਿਹੜੇ ਦਲ ਬਦਲ ਲੈਂਦੇ ਨੇ ਐਂਡ ਟਾਈਮ ਇਲੈਕਸ਼ਨ ਦੇ ਟਾਈਮ? ਦੇਖੋ, ਇਹ ਬਹੁਤ ਮਾੜੀ ਪਿਰਤਾ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਜਿਸ ਪਾਰਟੀ ਤੋਂ ਮਾਣ ਪ੍ਰਾਪਤ ਕੀਤਾ, ਜਿਸ ਪਾਰਟੀ ਨੇ ਤੁਹਾਨੂੰ ਟਿਕਟਾਂ ਦੇ ਕੇ MLA MP ਬਣਾਇਆ, ਕੌਂਸਲਰ ਬਣਾਇਆ, ਰੁਤਬੇ ਦਿੱਤੇ, ਮਾਣ ਦਿੱਤਾ, ਜੇ ਤੁਹਾਨੂੰ ਕੋਈ ਪੁੱਛਦਾ, ਜੇ ਕੋਈ ਜੇ ਤੁਹਾਨੂੰ ਦਲ ਬਦਲ ਨੂੰ ਕੋਈ ਕਹਿ ਰਿਹਾ, ਇਹਦਾ ਮਤਲਬ ਤੁਹਾਨੂੰ ਕੁਝ ਨਾ ਕੁਛ ਕਿਸੇ ਨੇ ਤਾਂ ਪਹਿਲਾਂ ਦਿੱਤਾ ਹੋਣਾ, ਤਾਂ ਹੀ ਬਦਲ ਨੂੰ ਕਹਿ ਰਿਹਾ। ਜੇ ਮੈਂਬਰ ਪਾਰਲੀਮੈਂਟ 2 ਵਾਰੀ ਬਣਾਇਆ, 3 ਵਾਰੀ ਬਿੱਟੂ ਨੂੰ ਕਾਂਗਰਸ ਨੇ, ਅਤੇ ਤਾਂ ਹੀ ਉਹਨਾਂ ਨੂੰ ਦਲ ਬਦਲਿਆ, ਨਹੀਂ ਤਾਂ ਹੋਰ ਸੈਕੜੇ ਤੁਰੇ ਫਿਰਦੇ ਲੋਕ। ਢਿੱਲੋਂ ਸਾਹਿਬ, ਅਕਾਲੀ ਦਲ 'ਚ ਜਿਹੜੇ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਮਨਾਉਣ ਦੀ ਗੱਲ ਵੀ ਆਖੀ ਜਾ ਰਹੀ, ਕਿਉਂਕਿ ਕਈ ਵਰਕਰ ਜਿਹੜੇ ਆ BJP 'ਚ ਵੀ ਸ਼ਾਮਿਲ ਹੋ ਗਏ। ਮੈਂ ਉਹਨੂੰ ਤੁਹਾਨੂੰ ਜਦੋਂ ਉਮੀਦਵਾਰ ਉਤਾਰਿਆ ਗਿਆ ਅਤੇ ਕਾਕਾ ਸੂ ਜਿਹੜੇ BJP 'ਚ ਸ਼ਾਮਿਲ ਹੋ ਗਏ, ਤੁਹਾਡੇ ਰਾਹੀਂ ਮੈਂ ਸਾਰੇ ਉਹਨਾਂ ਵੀ ਕਰਨਾ ਚਾਹੁੰਦਾ, ਜੇ ਉਹ ਸਾਡੇ ਨਾਲ ਆ ਜਾਓ। ਦੂਜਾ ਪੱਖ ਹੈਗਾ ਜਿਹੜੇ ਚਾਹੁੰਦੇ ਨੇ ਸੇਵਾਦਾਰ, ਉਹ ਸਾਡੇ ਨਾਲ, ਜਿਹੜੇ ਚਾਹੁੰਦੇ ਵਪਾਰੀ ਚੁਣਨਾ, ਉਹਨਾਂ ਕੋਲ ਆਪਸ਼ਨ ਬਹੁਤ ਨੇ, 3 ਨੇ, 3 'ਚੋਂ ਜਿਹਨੂੰ ਮਰਜ਼ੀ ਚੁਣਨ, ਵਪਾਰੀ ਚੁਣਨਾ ਉੱਧਰ ਚਲੇ ਜਾਓ, ਸੇਵਾਦਾਰ ਚੁਣਨਾ ਇੱਧਰ ਆ ਜਾਓ। ਇੱਕ ਢਿੱਲੋਂ ਸਾਹਿਬ, 2 ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ, ਰਾਜਾ ਬਿੰਗ ਦੀ ਜਿਹੜੇ ਵਾਈਫ ਹੈ ਉਹਨਾਂ ਨੇ ਜਿਹੜੀ ਧਰਮ ਦੇ ਨਾਂ ਤੋਂ ਜਿਹੜੀ ਕੀਤੀ ਹੈ ਗੱਲ, ਅਤੇ ਹਾਲਾਂਕਿ ਉਸ ਮੁੱਦੇ 'ਤੇ ਮਾਫ਼ੀ ਵੀ ਮੰਗ ਲਈ ਗਈ। ਦੇਖੋ, ਇਹ ਲੋਕ ਕੀ ਕਹਿੰਦਾ ਵੀ, ਇੱਕ ਟਾਈਮ ਗੱਲ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਗੱਲ ਕਰਨੀ ਕੀ ਆ, ਕਿਹੜੀ ਕਰਨੀ ਚਾਹੀਦੀ, ਕਿਹੜੀ ਨਹੀਂ ਕਰਨੀ ਚਾਹੀਦੀ। ਇੱਕਦਮ ਗੁਰੂਆਂ ਪੀਰਾਂ ਪੈਗੰਬਰਾਂ ਨੂੰ ਵਿੱਚ ਲੈ ਆਉਂਦੇ ਨੇ ਆਪਣੇ ਮਸਲੇ 'ਚ, ਜਦਕਿ ਇਹ ਨਹੀਂ ਲਿਆਉਣਾ ਚਾਹੀਦਾ। ਗੁਰੂ ਪੀਰ ਪੈਗੰਬਰ ਸਭ ਦੇ ਸਾਂਝੇ ਨੇ, ਸਾਰਿਆਂ ਧਰਮਾਂ ਦੇ ਸਾਂਝੇ ਨੇ, ਸਾਰਿਆਂ ਦੇ ਉਹ ਉਹਨਾਂ ਦੇ ਕਿਰਪਾ, ਉਹਨਾਂ ਦੀ ਮਿਹਰ, ਉਹਨਾਂ ਦੀ ਰਹਿਮਤ ਸਾਰਿਆਂ 'ਤੇ ਹੁੰਦੀ ਹੈ। ਤੁਸੀਂ ਉਹਨਾਂ ਨੂੰ ਆਪਣੇ ਹਿੰਦੀ ਜੀਤਾਂ ਲਈ ਨਹੀਂ ਵਰਤ ਸਕਦੇ। ਸੋ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਆ, ਸਿੰਘ ਸਾਹਿਬ ਨੇ ਵੀ ਇਹਦਾ ਨੋਟਿਸ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਰਣਜੀਤ ਸਿੰਘ ਢਿੱਲੋਂ ਨੂੰ ਚੁਣਿਆ ਗਿਆ, MP ਟਿਕਟ ਦਿੱਤੀ ਗਈ, ਮੀਟਿੰਗਾਂ ਦਾ ਦੌਰ ਹੈ। ਦੇਖੋ ਜੀ, ਰਣਜੀਤ ਸਿੰਘ ਢਿੱਲੋਂ ਬਹੁਤ ਹੀ ਨਰਮ ਅਤੇ ਇਮਾਨਦਾਰ ਬੰਦੇ ਨੇ। ਇਹਨਾਂ ਦੀ ਸ਼ੁਰੂ ਤੋਂ ਛਵੀ ਇਹ ਬਣੀ ਹੋਈ ਹੈ ਅਤੇ ਲੋਕਾਂ ਨਾਲ ਪਿਆਰ ਹੈ ਇਹਨਾਂ ਦਾ। ਇਹ ਪਹਿਲਾਂ 5 ਸਾਲ MLA ਰਹੇ ਆ। ਇਹਨਾਂ ਨੇ ਪੂਰੇ ਇਲਾਕਾ, ਪਿਛੜਾ ਇਲਾਕਾ ਸੀਗਾ ਜਿਹੜੇ ਏਰੀਏ ਤੋਂ MLA ਬਣੇ ਆ, ਇਹਨਾਂ ਨੇ ਉਹ ਏਰੀਏ ਦਾ ਬਹੁਤ ਸੁਧਾਰ ਕੀਤਾ। ਪਬਲਿਕ ਇਹਨਾਂ ਦੇ ਨਾਲ ਆ, ਠੀਕ ਹੈ ਨਾ, ਹਰ ਪੱਖੋਂ ਨਾਲ ਆ। 2 ਇਹ ਲੋਕਲ ਨੇ ਜੀ, ਹਰ ਬੰਦੇ ਦੇ ਨਾਲ ਖੜੇ ਰਹਿੰਦੇ ਨੇ, ਅਤੇ ਜਿੱਤ ਤਾਂ ਢਿੱਲੋਂ ਸਾਹਿਬ ਦੀ ਹੈ ਜੀ। ਜਿਹੜਾ ਅੱਜ ਤੁਸੀਂ ਮੀਟਿੰਗ ਕਰਾਈ ਹੈ, ਕਿਸ ਤਰ੍ਹਾਂ ਦੇਖਦੇ ਹੋ ਵੀ? ਨਹੀਂ, ਮੀਟਿੰਗ ਤਾਂ ਜੀ ਲੋਕ ਆਪ ਆਏ ਆ, ਲੋਕਾਂ ਨੇ ਆਪ ਕਿਹਾ ਜੀ ਢਿੱਲੋਂ ਸਾਹਿਬ ਨੂੰ ਬੁਲਾਓ ਜੀ। ਅਤੇ ਮੁੱਦੇ ਕਿਹੜੇ ਕਿਹੜੇ ਸੀਗੇ? ਮੁੱਦਾ ਤਾਂ ਇਹ ਸੀ ਜੀ, ਬਸ ਇਹੀ ਹੈ, ਵਿਕਾਸ ਹੋਵੇ ਲੁਧਿਆਣੇ ਦਾ। ਤੁਹਾਡੀ ਜਿਹੜੀ ਮਾਰਕੀਟ ਹੈ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ? ਨਹੀਂ, ਮਾਰਕੀਟ ਦੇ ਲੈ ਕੇ ਤਾਂ ਕੋਈ ਮੁੱਦਾ ਨਹੀਂ, ਮੇਰੀ ਗੱਲਬਾਤ ਨਹੀਂ ਹੋਈ ਸਾਡੀ। ਮੁੱਦਾ ਇਹੀ ਆ ਵੀ ਸਾਰਾ ਵਿਕਾਸ ਹੋਵੇ, ਲੁਧਿਆਣੇ ਦਾ ਵਿਕਾਸ ਹੋਵੇ, ਇਕੱਲੀ ਸਾਡੀ ਮਾਰਕੀਟ ਦਾ ਨਹੀਂ, ਪੂਰੇ ਲੁਧਿਆਣੇ ਦਾ ਵਿਕਾਸ ਚਾਹੁੰਦੇ ਹਾਂ ਅਸੀਂ।